ਹੈਲੋ ਦੋਸਤੋ, ਕੀ ਹਾਲ ਚਾਲ ਆ। ਸਵਾਗਤ ਹੈ ਇੱਕ ਹੋਰ ਫਨੀ ਗੇਮ ਪਲੇ। ਤੋਂ ਗਾਇਸ ਯਾਰ, ਅੱਜ ਥੋੜ੍ਹਾ ਬਾਈ ਬਹੁਤ ਟਾਈਮ ਬਾਅਦ ਤੁਹਾਡੇ ਲਈ ਗੇਮ ਪਲੇ ਲੈ ਕੇ ਆਇਆ, ਕਿਉਂਕਿ ਮੈਨੂੰ ਪਤਾ ਸੀ ਯਾਰ ਤੁਸੀਂ ਆਪਦੇ ਬਾਈ ਨੂੰ ਯਾਦ ਕਰ ਰਹੇ ਸੀ, ਮਿਸ ਕਰ ਰਹੇ ਸੀ। ਦੱਸੋ ਯਾਰ, ਯਾਦ ਕਰ ਰਹੇ ਸੀ ਕਿ ਨਹੀਂ ਕਰ ਰਹੇ ਸੀ? ਦੱਸੋ ਯਾਰ, ਝੂਠਾ ਨਾ ਬੋਲੋ ਯਾਰ। ਹੁਣੇ ਤਾਂ ਤੁਸੀਂ ਕਹਿ ਰਹੇ ਸੀ ਕਿ ਯਾਦ ਕਰ ਰਹੇ ਸੀ, ਮੈਂ ਗਾਲ ਪਾਉਣ ਲੱਗਾ। ਅੰਡਾ ਮੰਡਾ ਸੰਡਾ ਆਹ ਕਿਹੜਾ ਦੇਗਾ ਚਿੱਟਾ ਚਿੱਟਾ ਅੰਡਾ। ਚਲੋ ਕੋਈ ਨਾ, ਮੈਨੂੰ ਲੱਗਦਾ ਕਿਸੇ ਦੇ ਡਰ ਨਾਲ ਆਂਡੇ ਨਿਕਲ ਗਏ ਨੇ, ਪਰ ਸੋਚਣ ਵਾਲੀ ਗੱਲ ਇਹ ਹੈ ਜਿਹੜੇ ਹਿਸਾਬ ਨਾਲ ਇਹਨੇ ਆਂਡੇ ਦਿੱਤੇ, ਇੱਕ ਦੋ ਹੋਰ ਆਂਡੇ ਦਿੰਦਾ ਤਾਂ ਮੋਰੀ ਦਾ ਬਲੱਡ ਪ੍ਰੈਸ਼ਰ ਪੈ ਜਾਣਾ ਸੀ ਨਾਲ। ਆਹ ਕਿਹੜਾ ਖੜਾ ਹੋਣਾ, ਚੱਲ ਬੜਾ ਲੋ ਵੀ। ਮੈਨੂੰ ਲੱਗਦਾ ਹੈਗਾ ਇਸ ਆਹ ਹੀ ਸੀ ਜਿਹਨੇ ਸਾਲੇ ਦੇ ਡਰ ਨਾਲ ਆਂਡੇ ਨਿਕਲੇ। ਇਹ ਪਤਾ ਨਹੀਂ ਕਿ ਸਾਲਾ ਨੁੱਕਰ 'ਚ ਖੜਿਆ ਪੁੜਿਆਂ ਨੂੰ ਸੇਕਾ ਦਵਾਉਣ ਡਿਆ ਸੀ। ਚਲੋ ਕੋਈ ਚੱਕਰ ਨਹੀਂ, ਠੰਡ ਦੇ ਵਿੱਚ ਇਹਦੇ ਪੁੜੇ ਉੱਦਾਂ ਸੌਂਗੜੇ ਪਏ ਹੋਣੇ ਨੇ, ਤਾਂ ਹੀ ਸੇਕਾ ਦਵਾਉਣ ਡਿਆ ਸੀ। ਪਰ ਆਪਾਂ ਇਹਨੂੰ ਸੇਕਾ ਦਵਾ ਦਵਾ ਭੈਣ ਦੇ ਵੀ। ਚਲੋ ਕੋਈ ਚੱਕਰ ਨਹੀਂ ਗਾਇਸ, ਹੁਣ ਆਪਾਂ ਇੱਥੋਂ ਕਲਟੀ ਮਾਰਦੇ ਹਾਂ, ਚੱਲਦੇ ਹਾਂ ਆਪਾਂ, ਕਿਉਂਕਿ ਮੈਨੂੰ ਲੱਗਦਾ ਆਪਣੇ 2 ਨੰਬਰ ਦਾ ਕੋਈ ਪੁੜਾ ਸੇਕ ਗਿਆ ਵਾ। ਚਲੋ ਚੱਲਦੇ ਹਾਂ, ਦੇਖਦੇ ਹਾਂ ਕਿਹੜਾ ਲੈ ਮਾਰਕ ਲਾਈ ਜਾਣਾ ਅੰਨੀ ਦਾ ਜਵਾਕਾ। ਮੈਂ ਤਾਂ ਬਹੁਤ ਦੂਰ ਹਾਂ, ਪਰ ਕੋਈ ਚੱਕਰ ਨਹੀਂ, ਤੇਰੇ ਕੋਲ ਮੈਨੂੰ ਲੱਗਦਾ 3 ਨੰਬਰ ਹੈ। ਪਰ 3 ਨੰਬਰ ਦਾ ਆਹ ਮੂੰਹ ਚੱਕ ਕੇ ਮੇਰੇ ਵੱਲ ਭੱਜਾ ਆਉਂਦਾ। ਚਲੋ ਕੋਈ ਨਾ ਗਾਇਸ, ਆਹ ਕਿਹੜਾ ਉੱਪਰ ਹੈ ਸਾਲਾ ਬਨੇਰੇ ਜੀਆਂ ਦੇ, ਖੜ ਜਾ ਭੈਣ ਵੀਰਾ। ਚੱਲ ਵੀ ਤੂੰ ਭੈਣ ਦਿਆ ਵੀਰਾ, ਉੱਤੇ ਖੜ ਕੇ ਦੱਸ ਵੀ ਥਣ ਵੇਖਦਾ ਫਿਰਨਾ ਸਾਡਾ। ਆਹ ਦੇਖੋ ਇੱਕ ਹੋਰ, ਚੱਲ ਬੜਾ ਰੋਬੀ। ਤੋ ਲਓ ਗਾਇਸ, 2 ਬੰਦੇ ਢਾਲੇ, ਮੈਨੂੰ ਲੱਗਦਾ ਪਿਆ ਇੱਕ ਹੋਰ ਹੈ ਇੱਥੇ ਕਿਤੇ ਹੀ ਹੈ। ਆਹ ਦੇਖੋ, ਚੱਲ ਬੜਾ ਰੋਬੀ, ਭੈਣ ਦਿਆ ਵੀਰਾ ਤੂੰ ਦੱਸ ਲੈ। ਦੇਖੋ ਗਾਇਸ, ਸਾਲੇ ਬਹਿ ਬਹਿ ਕੇ ਤਾਂ ਐ ਆਉਂਦੇ ਨੇ ਜਿੱਦਾਂ ਸਾਲਿਆਂ ਦੇ ਪੁੜਿਆਂ ਦੀ ਨਾੜ ਤੇ ਨਾੜ ਚੜੀ ਹੋਵੇ। ਚਲੋ ਕੋਈ ਚੱਕਰ ਨਹੀਂ ਗਾਇਸ, ਇਹਦਾ ਵੀ ਆਪਾਂ ਘੁੱਗਾ ਚਿੱਤ ਕਰ ਦਿੱਤਾ ਵਾ, ਤੇ ਹੁਣ ਆਪਾਂ ਇੱਥੋਂ ਥੋੜ੍ਹੀ ਬਹੁਤੀ ਲੂਟ ਕਰਾਂਗੇ, ਕਿਉਂਕਿ ਆਪਣੇ ਕੋਲ ਪਿਚਕਾਰੀ ਦੀਆਂ ਹੀ ਗੋਲੀਆਂ ਨੇ, M4 ਦੀਆਂ ਤਾਂ ਹੈ ਹੀ ਨਹੀਂ। ਚਲੋ ਕੋਈ ਚੱਕਰ ਨਹੀਂ, ਹੁਣ ਆਪਾਂ ਚੱਲਦੇ ਹਾਂ। ਤੋ ਗਾਇਸ ਯਾਰ, ਮੈਨੂੰ ਇੱਥੇ ਇੱਕ ਬੰਦੇ ਦੀਆਂ ਚੱਪਲਾਂ ਦੀਆਂ ਆਵਾਜ਼ਾਂ ਆ ਰਹੀਆਂ, ਦੇਖਣਾ ਕਿੱਥੇ ਹੈ ਭੈਣ ਦਾ ਵੀਰ। ਇਹਦੀ ਵਿਚਾਲੋ ਦਿਆਂਗੇ ਚੀਰ, ਫਿਰ ਹੋਊ ਇਹਦੀ ਪੀੜ। ਇਹ ਤਾਂ ਆਪਣੇ 1 ਨੰਬਰ ਦੀ ਪੀੜ ਕਰਾਤੀ, ਚੱਲ ਬੜਾ ਲੋ ਵੀ ਭੈਣ ਦਿਆ ਵੀਰਾ। ਪਰ ਜਸ ਸਾਲਿਆ, ਤੈਨੂੰ ਮੇਰਾ ਪਤਾ ਨਹੀਂ ਉਹ ਭੈਣ ਦੀ ਸ੍ਰੀ ਸਾਲਾ ਲੈ ਚੱਲਿਆ ਸੀ ਲੱਕੋ। ਚਲੋ ਕੋਈ ਨਾ ਗਾਇਸ, ਪਹਿਲਾਂ ਹੈਲਥ ਹੋ ਤਾਂ ਲਾ ਲਈਏ, ਫਿਰ ਦੇਖਾਂਗੇ ਭੈਣ ਦੇ ਵੀਰ ਨੂੰ। ਉਹ ਦੇਖੋ ਆ ਗਿਆ ਗਾਇਸ, ਖੜ ਜਾ ਭੈਣ ਦਿਆ ਵੀਰਾ, ਹੈਲਥ ਲਾ ਲੈਣੇ, ਚੱਲ ਬੜਾ ਲੋ ਵੀ। ਅੰਨੀ ਦਾ ਜਵਾਕਾ, ਤੂੰ ਸਾਨੂੰ ਬੋਰਡ ਸਮਝਿਆ ਹੈ? ਉਹ ਗੱਲ ਵੱਖਰੀ ਕਿ ਸਾਡੀ ਸ਼ਕਲ ਹੀ ਬੋਟਾਂ ਵਰਗੀ ਏ, ਉਹਦਾ ਤਾਂ ਅਸੀਂ ਯੂਟਿਊਬਰ ਸਾਹਿਬ ਆ। ਤੋ ਦੇਖੋ ਗਾਇਸ, ਸਾਹਮਣੇ ਵਾਲੀ ਸਾਈਡ ਤੇ ਪਤਾ ਨਹੀਂ ਕਿਹੜਾ ਗੋਲੀ ਗੱਪਾ ਚਲਾਉਣ ਡਿਆ, ਅੰਨੇ ਵਾਹ ਦੇਖਣੇ ਆ ਕਿਹੜਾ ਭੈਣ ਦਾ ਵੀਰ। ਮੈਨੂੰ ਤਾਂ ਲੱਗਦਾ ਆਪਣੇ ਇੱਥੇ ਨੇੜੇ ਤੇੜੇ ਏ। ਆਹ ਦੇਖੋ ਗਾਇਸ, ਉੱਪਰ ਚੜਿਆ ਫਿਰਦਾ ਪਹਾੜੀ ਜੀ ਦੇ, ਖੜ ਜਾ ਭੈਣ ਦਿਆ ਵੀਰਾ, ਪਿੱਛੇ ਵੀ ਦੇਖ ਲੈ, ਚੱਲ ਬੜਾ ਲੋ ਵੀ। ਲੈ ਭੈਣ ਦਿਆ ਵੀਰਾ, ਤੂੰ ਸਾਹਮਣੇ ਵਾਲੀ ਸਾਈਡ ਤੇ ਬੋਟ ਨੂੰ ਮਾਰਨ ਡਿਆ ਸੀ ਹੈ, ਮੇਨ ਬੋਟ ਪਲੇਅਰ ਤਾਂ ਇੱਧਰ ਸੀ, ਮਤਲਬ ਮੇਨ ਬੋਟ ਪਲੇਅਰ ਨਹੀਂ, ਮਤਲਬ ਮੇਨ ਪ੍ਰੋ ਪਲੇਅਰ ਤਾਂ ਇੱਧਰ ਸੀ, ਸਾਲਿਆ ਇੱਧਰ ਮਾਰਦਾ ਮੈਨੂੰ ਜੇ ਇੰਨਾ ਹੀ ਸੀ ਤਾਂ। ਚਲੋ ਕੋਈ ਚੱਕਰ ਨਹੀਂ, ਕਈ ਵਾਰੀ ਖਾਧੀ ਪੀਤੀ 'ਚ ਜਬਾਨ ਫਿਸਲ ਜਾਂਦੀ ਹੈ ਗਾਇਸ, ਹੋ ਜਾਂਦਾ ਕਦੇ ਕਦੇ। ਚਲੋ ਕੋਈ ਚੱਕਰ ਨਹੀਂ, ਹੁਣ ਆਪਾਂ ਇੱਥੋਂ ਚੱਲਦੇ ਹਾਂ, ਕਲਟੀ ਮਾਰਦੇ ਹਾਂ ਗਾਇਸ। ਪਹਿਲਾਂ ਤਾਂ ਸਾਹਮਣੇ ਵਾਲਾ ਟੈਂਪੂ ਜਿਹਾ ਲੈ ਕੇ ਜਾਵਾਂਗੇ ਜੌਨ ਦੇ ਅੰਦਰ, ਤੋ ਚਲੋ ਆਪਾਂ ਪਹਿਲਾਂ ਤੱਤਾ ਠੰਡਾ ਪੀ ਲਈਏ। ਵੈਸੇ ਵੀ ਠੰਡ ਬਹੁਤ ਹੈ, ਕਿਉਂਕਿ ਠੰਡ ਹੀ ਠੰਡ ਨੂੰ ਮਾਰਦੀ ਹੈ, ਤੋ ਆਪਾਂ ਇਸ ਲਈ ਠੰਡਾ ਠੰਡਾ ਕੋਕਾ ਕੋਲਾ ਪੀ ਕੇ ਹੁਣ ਆਪਾਂ ਚੱਲਦੇ ਹਾਂ ਇੱਥੋਂ, ਟੈਂਪੂ ਜਿਹਾ ਲੈ ਕੇ ਹੋਰ ਬੰਦੇ ਬੁੰਦੇ ਲੱਭਾਂਗੇ, ਅਤੇ ਉਹਨਾਂ ਦੀ ਭੈਣ ਦੇ ਵੀਰਾਂ ਦੀ ਆਪਾਂ ਠੰਡੇ ਪੀ ਪੀ ਕੇ ਆਪਾਂ ਉਹਨਾਂ ਦੀ ਤੱਤੀ ਕਰਾਂਗੇ ਗਾਇਸ। ਚਲੋ ਚੱਲਦੇ ਹਾਂ ਲੱਭਣੇ ਆ। ਤੋ ਗਾਇਸ ਯਾਰ, ਆਹ ਪਤਾ ਨਹੀਂ ਕਿਹੜਾ ਸਾਹਮਣੇ ਗੁੱਡਾ ਜਿਹਾ ਹੀ ਛੱਡ ਗਿਆ। ਚਲੋ ਕੋਈ ਚੱਕਰ ਨਹੀਂ, ਪਰ ਇੱਥੇ ਸਲਾਹ ਗੋਲੀ ਵੀ ਕੋਈ ਚਲਾਉਣ ਡਿਆ, ਇਹ ਲੱਗਦਾ ਭੈਣ ਦਾ ਵੀਰ ਆਪਾਂ ਨੂੰ ਜਾਲ 'ਚ ਫਸਾਉਣਾ ਚਾਹੁੰਦਾ। ਬੰਦਾ ਤਾਂ ਰੀਅਲ ਲੱਗਦਾ, ਪਰ ਬੋਟ ਬਣ ਕੇ ਸਲਾਹ ਆਪਣੀ ਲਾਲ ਕਰਨਾ ਚਾਹੁੰਦਾ। ਖੜ ਜਾ ਭੈਣ ਦਿਆ ਵੀਰਾ, ਤੇਰੀ ਦਾ ਲਾਲ ਮੈਂ ਹੁਣੇ ਕਰਦਾ, ਮਾੜਾ ਜਿਹਾ ਇੱਕ ਵਾਰੀ ਦਿਖਾਈ ਤਾਂ ਦੇ ਜੇ ਇੰਨਾ ਹੀ ਤੂੰ ਅੰਨੀ ਦਿਆ ਜਵਾਕਾ ਪ੍ਰੋ ਪਲੇਅਰ। ਲੈ ਆਹ ਪਤਾ ਨਹੀਂ ਕਿਹੜਾ ਭੈਣ ਦਾ ਵੀਰ
ਪੱਥਰ ਸਿੱਟ ਗਿਆ ਮੂਹਰੇ। ਚਲੋ ਕੋਈ ਚੱਕਰ ਨਹੀਂ, ਇਹ ਸਾਲੇ ਪੱਥਰ ਸਿੱਟ ਕੇ ਆਪਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ। ਚਲੋ ਕੋਈ ਚੱਕਰ ਨਹੀਂ, ਦੇਖੋ ਆਪਣੇ 4 ਨੰਬਰ ਦੀ ਕਿਸੇ ਨੇ ਲਾਲ ਕਰਤੀ, ਉਹ ਭੈਣ ਦੀ ਸ਼੍ਰੀ ਇਹਦਾ ਕੋੜੀ ਬਣਾ ਲਿਆ। ਚਲੋ ਕੋਈ ਚੱਕਰ ਨਹੀਂ, ਖੜ ਜਾ ਭੈਣ ਦੇ, ਮੈਨੂੰ ਮਾਰ ਕੇ ਚੱਲ ਬੜਾ ਲੋਕ। ਬੜਾ ਕਮੀਨਾ ਹੋਏ ਅੰਨੀ ਦਾ ਜਵਾਕ, ਇਹ ਭੈਣ ਦਾ ਟਕਾ ਅੰਨੇ ਵਾਹੀ ਆਇਆ ਅੱਗੋਂ। ਚਲੋ ਕੋਈ ਨਾ ਗਾਈਸ, ਆਪਾਂ ਹੁਣ ਬਦਲਾ ਲੈਣ ਜਾਵਾਂਗੇ। ਤੁਹਾਨੂੰ ਪਤਾ ਹੈ ਗਾਈਸ, ਕਿਉਂਕਿ ਬਦਲਾ ਲੈਣ ਤੋਂ ਬਿਨਾਂ ਆਪਣੇ ਕੋਲ ਰਹਿ ਨਹੀਂ ਹੁੰਦਾ। ਚਲੋ ਚੱਲਦਿਆਂ ਛੇਤੀ ਛੇਤੀ, ਇਹ ਨਾ ਹੋਵੇ ਉੱਥੋਂ ਹਨੇਰੀ ਹੋ ਜਾਵੇ ਤੇ ਬਾਅਦ 'ਚ ਆਪਾਂ ਜਾਈਏ ਉੱਥੇ ਇਕੱਲੀ ਬਸ ਉਹਦੀ ਖੋਤੀ ਜੀ ਪਈ ਹੋਵੇ। ਪਰ ਕੋਈ ਚੱਕਰ ਨਹੀਂ, ਸਾਲੇ ਨੂੰ ਲੱਭ ਲੱਭ ਕੇ ਮਾਰਾਂਗੇ ਜਿਵੇਂ ਇਹਨੇ ਆਪਾਂ ਨੂੰ ਮਾਰਿਆ। ਪਰ ਆਪਾਂ ਨੂੰ ਤਾਂ ਲੱਭ ਲੱਭ ਨਹੀਂ ਮਾਰਿਆ, ਆਪਾਂ ਤਾਂ ਐਵੇਂ ਖਾਮ ਖਾਈ ਮਾਰ ਗਏ। ਚਲੋ ਕੋਈ ਚੱਕਰ ਨਹੀਂ, ਚੱਲਦਿਆਂ ਦੇਖਦੇ ਹਾਂ। ਦੇਖੋ ਗਾਈਸ, ਘੋੜੀ ਜੀ ਦਾ ਖੜੀ ਥੱਲੇ, ਆਹ ਦੇਖੋ ਗਾਈਸ, ਖੜ ਜਾ ਪੈਂਦਾ। ਚੱਲ ਤੇਰੀ ਭੈਣ ਨੂੰ, ਤੇਰੀ ਨੂੰ ਅੰਨੀ ਦਿਆ ਜਵਾਕਾ। ਸਾਲਿਆ ਮੈਂ ਹਜੇ ਉਤਰਨਾ ਸੀ ਤੇ ਤੂੰ ਮੈਨੂੰ ਪਹਿਲਾਂ ਹੀ ਟਾਲਿਆ ਸੀ, ਸਾਲਾ ਖੱਚਰ ਜੀ ਨਾ ਹੋਵੇ ਤਾਂ। ਚੱਲ ਬੇਟਾ ਲੋਭੀ ਭੈਣ ਦਾ ਵੀਰ, ਤੇ ਲਓ ਗਾਈਸ ਇਹਦਾ ਵੀ ਆਪਾਂ ਘੁੱਗਾ ਚਿੱਤ ਕਰ ਦਿੱਤਾ ਵਾ। ਤੇ ਹੁਣ ਆਪਾਂ ਇੱਥੋਂ ਥੋੜ੍ਹੀ ਬਹੁਤੀ ਲੂਟ ਕਰਕੇ ਇੱਥੋਂ ਆਪਾਂ ਕਲਟੀ ਮਾਰਾਂਗੇ, ਇਸ ਬੰਦ ਮੋਰੀ ਵਾਲੀ ਘੋੜੀ ਲੈ ਗਏ। ਮਤਲਬ ਬੰਦ ਮੋਰੀ ਵਾਲੀ ਘੋੜੀ, ਮੋਰੀ ਛੱਡੋ ਗਾਈਸ, ਬਾਲਾ ਆਪਾਂ ਡੂੰਘਾਈ ਦੇ ਵਿੱਚ ਨਹੀਂ ਜਾਣਾ। ਹੁਣ ਇਹ ਨਾ ਪੁੱਛਿਓ ਕਿ ਬੰਦ ਮੋਰੀ ਵਾਲੀ ਘੋੜੀ ਕਿਉਂ ਕਹਿ ਰਿਹਾ, ਇਹ ਨਾ ਪੁੱਛਿਓ, ਬਸ ਹੁਣ ਆਪਾਂ ਬੰਦੇ ਲੱਭਾਂਗੇ ਤੇ ਬੰਦੇ ਲੱਭ ਲੱਭ ਕੇ ਪੇਲਾਂਗੇ। ਗਾਈਸ ਮੈਨੂੰ ਲੱਗਦਾ ਪਿਆ ਕਿ ਸਾਹਮਣੇ ਵਾਲੀ ਸਾਈਡ 'ਤੇ ਬੰਦੇ ਆ, ਕਿਉਂਕਿ ਗੋਲੀ ਗੱਪਾ ਚੱਲਿਆ ਗਾਈਸ। ਚਲੋ ਕੋਈ ਨਾ ਆਪਾਂ ਘੋੜੀ ਜੀ ਤੋਂ ਥੱਲੇ ਉੱਤਰ ਕੇ ਦੇਖਦੇ ਹਾਂ ਕਿੱਥੇ ਆ ਬੰਦਾ। ਉਹ ਦੇਖੋ ਗਾਈਸ, ਸਾਹਮਣੇ ਭੱਜਾ ਜਾਂਦਾ ਸਾਲਾ। ਖੜ ਜਾ ਭੈਣ ਦਿਆ, ਲੱਕੜ ਵੱਗਿਆ ਤੇਰੀ ਦਾ ਮੈਂ ਤੈਅ ਬਹੁਣਾ। ਆਹ ਦੇਖੋ ਕਿੱਦਾਂ ਲੰਮੇ ਪੈ ਗਿਆ। ਚਲੋ ਲਓ ਗਾਈਸ ਇਹਦਾ ਘੁੱਗਾ ਚਿੱਤ ਕਰਤਾ, ਮੈਨੂੰ ਲੱਗਦਾ ਇੱਕ ਹੋਰ ਹੈ ਉੱਥੇ। ਆਹ ਦੇਖੋ, ਖੜ ਜਾ ਭੈਣ ਦਿਆ ਵੀਰਾ, ਕਿੱਦਾਂ ਨਹੀਂ ਆ ਜਾ ਸਾਹਮਣੇ। ਆਹ ਦੇਖੋ, ਚੱਲ ਬੇਟਾ ਲੋਕ ਲੈ ਚੱਲਿਆ ਸੀ ਲੱਕੋ ਗਾਈਸ। ਚਲੋ ਇਹਦਾ ਹੀ ਆਪਾਂ ਪੁੜੇ ਕੁੱਟਦੇ, ਹੁਣ ਇੱਕ ਹੋਰ ਹੈਗਾ, ਆਪਾਂ ਪਿੱਛੇ ਚੱਲੀਏ ਗਾਈਸ। ਇਹ ਨਾ ਹੋਵੇ ਭੈਣ ਦੀ ਸੀਰੀ ਆਪਣੇ ਇੱਕ ਅੱਧੀ ਮਾਰੇ। ਉਹ ਤੁਹਾਡੀ ਨੂੰ ਆਹ ਕਿਹੜਾ, ਇਹਦਾ ਬੋਰਡ ਚੱਚਾ ਹੈ ਭੈਣ ਦੀ ਸਰੀ, ਬੋਰਡ ਨਹੀਂ ਆਪਣਾ ਕਚੂੰਬਰ ਕੱਢ ਦੇਣਾ ਸੀ ਜੇ ਇੱਕ ਅੱਧੀ ਗੋਲੀ ਹੋਰ ਪੈ ਜਾਂਦੀ। ਚਲੋ ਕੋਈ ਚੱਕਰ ਨਹੀਂ ਗਾਈਸ, ਆਪਾਂ ਹੈਲਥ ਹੁਲਥ ਲਾ ਕੇ ਫਿਰ ਚੱਲਦੇ ਹਾਂ, ਫਿਰ ਤੋਂ ਬੰਦ ਮੋਰੀ ਵਾਲੀ ਘੋੜੀ ਲੈ ਗਏ। ਤੋ ਚਲੋ ਲੱਭਾਂਗੇ ਵੀ ਹੋਰ ਵੀ ਬੰਦੇ ਕਿੱਥੇ ਹੈ। ਤੋ ਮੈਨੂੰ ਲੱਗਦਾ ਕਿ ਸਾਹਮਣੇ ਵਾਲੀ ਸਾਈਡ 'ਤੇ ਵੀ ਇੱਕ ਅੱਧਾ ਬੰਦਾ ਹੈਗਾ, ਇਹਦੇ ਵੀ ਗਾਈਸ ਆਪਾਂ ਪੁੜੇ ਕੁੱਟਾਂਗੇ, ਦੇਖਦੇ ਹਾਂ ਕਿੱਥੇ। ਆਹ ਦੇਖੋ ਗਾਈਸ, ਮੈਨੂੰ ਤਾਂ ਲੱਗਦਾ ਸਾਹਮਣੇ ਲੰਮੇ ਪਿਆ। ਆਹ ਦੇਖੋ ਸਾਲਾ ਪੁੱਠਾ ਲੰਮੇ ਪਿਆ, ਸਾਲਿਆ ਕੋਈ ਪਿੱਛੋਂ ਚੂਨਾ ਲਾ ਗਿਆ, ਫਿਰ ਵੇਖੇਗਾ ਤਾਂ ਠਾਂ। ਚਲੋ ਕੋਈ ਚੱਕਰ ਨਹੀਂ, ਭੈਣ ਦਾ ਵੀਰ ਵੱਜ ਗਿਆ ਵਾ, ਆਪਾਂ ਹੁਣੇ ਚੂਨਾ ਲਾਉਣਾ। ਚੱਲ ਬੇਟਾ ਲਓ ਵੀ ਸਾਲਾ ਅੰਨੀ ਦਾ ਜਵਾਬ। ਤੋ ਲਓ ਗਾਈਸ ਇਹਦਾ ਵੀ ਆਪਾਂ ਘੁੱਗਾ ਚਿੱਤ ਕਰਤਾ, ਪਰ ਸਾਹਮਣੇ ਇੱਕ ਅੱਧਾ ਬੰਦਾ ਉਹ ਲੱਗਦਾ ਆਪਣਾ 4 ਨੰਬਰ ਹੈ ਜਿਹੜਾ ਉਹ ਪੇਲ ਦੂਗਾ ਉਹ ਬੰਦੇ ਨੂੰ। ਤੋ ਦੇਖੋ ਮੈਨੂੰ ਲੱਗਦਾ ਪਿਆ, ਕਿਉਂਕਿ ਦੇਖਣ ਨੂੰ ਬਹੁਤ ਤਗੜਾ ਪਲੇਅਰ, ਭੈਣ ਦੀ ਸਰੀ ਤਗੜਾ ਪਲੇਅਰ ਗਾਈਸ ਸਾਹਮਣੇ ਵਾਲਾ ਹੈ, ਆਪਣੇ ਵਾਲਾ ਤਾਂ ਟੱਟੀ ਪਲੇਅਰ ਹੀ ਹੈ 4 ਨੰਬਰ। ਲੋ ਕੋਈ ਚੱਕਰ ਨਹੀਂ, ਟੈਨਸ਼ਨ ਨਹੀਂ ਲੈਣੀ, ਆਪਾਂ ਮਾਰਾਂਗੇ ਨੂੰ ਭੈਣ ਦੇ ਵੀਰ ਨੂੰ। ਤੋ ਗਾਈਸ ਆਪਾਂ ਵੈਸੇ ਧੂੜ 'ਚ ਟੱਠੂ ਡਾਇਆ, ਨਜ਼ਰ ਨੁਜ਼ਰ ਤਾਂ ਆਪਾਂ ਨੂੰ ਕੋਈ ਨਹੀਂ ਆਇਆ। ਹੁਣ ਦੇਖੋ ਆਪਾਂ ਬੰਬ ਸਿੱਟ ਕੇ ਇਹ ਭੈਣ ਦੇ ਵੀਰ ਦੀ ਹੁਣੇ ਆਪਾਂ ਚਿਥੜੋ ਚਿਥੜੀ ਕਰਾਂਗੇ ਅੱਗੇ ਜਵਾਬ। ਤੋ ਦੇਖੋ ਗਾਈਸ, ਤੁਹਾਨੂੰ ਵੀ ਪਤਾ ਕਿ ਆਪਣਾ ਬੰਬ ਕਦੀ ਵੀ ਫੇਲ ਨਹੀਂ ਹੋਇਆ। ਦੇਖੋ ਹੁਣੇ ਫਟ ਕੇ 64 ਆਊ, ਉਹ ਭੈਣ ਜਿਹੜੀ ਬਚ ਗਿਆ। ਅੱਛਾ ਅੱਗੇ ਚਲਾ ਗਏ ਆਪਾਂ, ਐਵੇਂ ਉੱਥੇ ਬੰਬ ਸਿੱਟੀ ਜਾਂਦੇ ਹਾਂ ਰੁੱਖ ਦੇ ਕੋਲ। ਆਹ ਦੇਖੋ, ਚੱਲ ਬੇਟਾ ਲੋ ਵੀ ਭੈਣ ਦਿਆ ਵੀਰਾ। ਤੋ ਗਾਈਸ ਯਾਰ ਇਹਨੇ ਤਾਂ ਆਪਣੇ 4 ਨੰਬਰ ਦਾ ਗੂੰ ਕੱਢਤਾ ਮਾਰ ਕੇ, ਇਹਦਾ ਆਪਾਂ ਕੱਢਾਂਗੇ। ਚੱਲ ਬੇਟਾ ਲੋ ਵੀ, ਓ ਹੋ ਭੈਣ ਦੀ ਸਰੀ, ਗੋਲੀਆਂ ਖਤਮ ਹੋ ਗਈਆਂ। ਚਲੋ ਕੋਈ ਚੱਕਰ ਨਹੀਂ, ਗੋਲੀਆਂ ਗੋਲੀਆਂ ਨਹੀਂ, ਹੁਣ ਆਪਾਂ ਬੰਬ ਸਿੱਟਾਂਗੇ, ਕਿਉਂਕਿ ਤੁਹਾਨੂੰ ਪਤਾ ਹੈ ਆਪਣਾ ਪਹਿਲਾ ਬੰਬ ਤਾਂ ਫੇਲ ਹੋ ਸਕਦਾ, ਦੂਜਾ ਨਹੀਂ ਹੁੰਦਾ। ਦੇਖੋ ਹੁਣੇ ਫਟ ਕੇ 4 ਹੋਊ, ਦੇਖੋ ਗਾਈਸ ਫਟ ਗਈ ਨਾ। ਤੁਹਾਨੂੰ ਵੀ ਪਤਾ ਕਿ ਆਪਾਂ ਪੂਰੇ ਪ੍ਰੋ ਪਲੇਅਰ ਹਾਂ, ਆਪਾਂ ਨੂੰ ਤਾਂ ਗਾਈਸ ਕੋਈ ਵੀ ਮਾਰ ਨਹੀਂ ਸਕਦਾ, ਜੋ ਮਰਜ਼ੀ ਹੋ ਜੇ ਆਪਾਂ ਕਦੀ ਵੀ ਇੰਨੀ ਛੇਤੀ ਨਹੀਂ ਮਰੇ, ਇਸੇ ਕਰਕੇ ਆਪਾਂ ਇਹਨੂੰ ਮਾਰਤਾ। ਸਾਨੂੰ ਮਾਰ ਕੇ ਵਿਖਾਓ ਕੋਈ ਭੈਣ ਦੇ ਵੀਰੋ, ਇਹ ਤਾਂ ਪਲੇ ਜੋਣੀ ਮਾਰ ਗਿਆ ਨੀ ਦਾ ਜਵਾਕ।